ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਇੱਕ ਬੱਸ ਸਾਹਮਣੇ ਤੋਂ ਆ ਰਹੇ ਟਰੱਕ ਨੂੰ ਬਚਾਉਂਦੇ ਹੋਏ ਸੰਤੁਲਨ ਖੋਣ ਕਾਰਨ ਪਲਟ ਗਈ ਅਤੇ ਇੱਕ ਦਰਖਤ ਨਾਲ ਜਾ ਟਕਰਾਈ, ਜਿਸ ਵਿੱਚ ਸਵਾਰ 20 ਦੇ ਕਰੀਬ ਲੋਕ ਜ਼ਖਮੀ ਹੋ ਗਏ ਅਤੇ 2 ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦੋਵੇਂ ਵਿਦਿਆਰਥੀ ITI ਤਲਵਾੜਾ ਵਿੱਚ ਪੜ੍ਹਾਈ ਕਰ ਰਹੇ ਸਨ। ਜ਼ਖਮੀ ਹੋਏ ਲੋਕਾਂ ਨੂੰ ਤਲਵਾੜਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰੋਲ ਨਹੀਂ ਹੋਈ, ਇੱਕ ਪਾਸੇ ਨੂੰ ਮੁੜ ਗਈ। ਡਰਾਈਵਰ ਸੀ ਤੇਜ਼ ਸੀ? ਅੱਜ ਤੇਜ਼ ਵੀ ਸੀ, ਉਤਰਾਏ ਜੀ ਬੱਸ ਨੂੰ। ਕਿੱਥੇ ਕਰਕੇ ਹੋਇਆ ਸੀ? ਇੱਥੇ ਰਜਵਾਲ ਜੀ ਸਕੂਲ ਕੋਲ। ਕਿੰਨੇ ਬੱਚੇ ਸੀ ਉਹਦੇ ਵਿੱਚ? ਬਸ ਠੀਕ ਹੀ ਹੈ ਜੀ, ਬੱਸ ਭਰੀ ਹੋਈ। 17 ਦੇ ਕਰੀਬ ਮਰੀਜ਼ ਆ ਚੁੱਕੇ ਆ, ਬੱਸ ਕਿਤੇ ਪਲਟੀ ਆ। ਉਹਨਾਂ 'ਚੋਂ 2 ਸੀਰੀਅਸ ਹੈ, 2 ਐਕਸਪਾਇਰੀ ਹੋ ਗਏ। ਕੁਛ ਜਿਹੜੇ ਸੀਰੀਅਸ ਹੈ ਉਹ ਲਾਗਲੇ ਹਸਪੀਟਲ, ਸਿਵਲ ਹਸਪੀਟਲ ਜਿੱਥੇ ਫੈਸਿਲਿਟੀ ਹੈਗੀ ਹੈ, ਨੀਅਰ ਮੋਸਟ ਜਿੱਥੇ ਉੱਥੇ ਰੈਫਰ ਕਰਦੇ ਪਏ। ਬਾਕੀ ਨੂੰ ਫਸਟ ਏਡ ਦਿੱਤੀ ਜਾ ਚੁੱਕੀ ਹੈ, ਬਾਕੀ ਟ੍ਰੀਟਮੈਂਟ। ਦੋ ਜਣੇ ਜਿਹੜੇ ਐਕਸਪਾਇਰ ਹੋ ਗਏ। ਇੱਕ ਦਾ ਪਤਾ, ਇੱਕ ਦਾ ਨਾਮ ਹੈਗਾ ਸੌਰਵ, ਸਨ ਆਫ ਰਾਮ ਲਾਲ, ਰਜਵਾਲ ਪਿੰਡ ਦਾ। ਤੇ ਦੂਸਰਾ ਅਨਨੋਨ ਆ, ਉਹਦਾ ਨਾਮ ਨਹੀਂ ਪਤਾ। 18 ਸਾਲ ਦੀ ਉਮਰ ਹੈ। ਇਹ ਜੀ ਬਾੜੀ ਤੋਂ ਪ੍ਰਾਈਵੇਟ ਬੱਸ ਜਿਹੜੀ ਆਪਣੇ ਰਜਵਾਲ ਤੋਂ ਆ ਰਹੀ ਸੀ, ਉਹਦੇ 'ਚ ਸਵਾਰੀਆਂ ਵੀ ਸੀ ਅਤੇ ਕੁਝ ਬੱਚੇ ਸੀ ਪੜ੍ਹਨ ਵਾਲੇ। ਉਹ ਅਚਾਨਕ ਕਿਤੇ ਉਹਦੀ ਆਪਣੇ ਓਵਰ ਸਪੀਡ ਹੋਣ ਕਰਕੇ ਜਾਂ ਕਿੱਦਾਂ ਵੀ ਉਹਦੀ ਜਿਹੜਾ ਵੀ ਐਕਸੀਡੈਂਟ ਪਲਟ ਗਈ ਬੱਸ, ਉਹਦੇ 'ਚ 15-20 ਸਵਾਰੀਆਂ ਸੀ ਅਤੇ ਨਾਲ ਬੱਚੇ ਸੀ, ਉਹਨਾਂ 'ਚ ਇੰਜਰਡ ਹੋਏ ਨੇ, ਦੋਵਾਂ ਦੀ ਡੈਥ ਹੋ ਗਈ ਮੌਕੇ 'ਤੇ। ਅਜੇ ਬਾਕੀ ਫਿਰ ਵੀ ਆਪਾਂ ਇੱਥੇ ਮੌਕੇ 'ਤੇ ਦੇਖ ਰਹੇ ਹਾਂ ਆਪਾਂ ਕਿਤੇ, ਬਾਕੀ ਰੈਫਰ ਕਰ ਰਹੇ ਜਿਹੜੇ ਜ਼ਿਆਦਾ ਸੀਰੀਅਸ ਨੂੰ ਰੈਫਰ ਕਰ ਰਹੇ, ਬਾਕੀ ਇੱਧਰ ਟ੍ਰੀਟਮੈਂਟ ਇੱਥੇ ਚੱਲ ਰਿਹਾ ਜੀ। ਇਹ ਰਜਵਾਲ ਜੀ, ਰਜਵਾਲ ਦੇ ਉੱਪਰ ਇੱਕ ਮੰਦਿਰ ਦੇ ਉਧਰੋਂ ਬਾੜੀ ਨੂੰ ਆ ਰਹੀ ਬੱਸ, ਉਹ ਮੰਦਿਰ ਦੇ ਲਾਗੇ ਪਏ ਜੀ।